ਸਾਥੀ ਉਹ ਬੰਦ ਕਰਾਉਣ ਦੇ ਆ ਰਹੇ ਆ ਸਾਰਿਆਂ ਨੂੰ, ਬਾਕੀ ਸ਼ਰਧਾਲੂ ਵਾਲੇ ਸਾਰੇ ਨੇ ਜਾਣਕਾਰੀ ਦੇ ਦਿੱਤੀ ਹੈ, ਜੋ ਕੁਝ ਹੋਇਆ ਸਾਰਿਆਂ ਨੂੰ ਪਤਾ ਆ ਕਿ ਜੋ ਸਾਨੂੰ ਹੱਕ ਮਿਲੇ ਸੀ ਸ਼ਰਧਾਲੂ ਨੇ ਉਹਨਾਂ ਨੂੰ ਖੁੰਡਾ ਕਰਨ ਤੋਂ ਮਤਲਬ ਖੁੰਡਾ ਵੀ ਨਹੀਂ ਹੁੰਦਾ ਸ਼ਰਧਾਲੂ ਨਾਲ ਛੇੜਛਾੜ ਕੀਤੀ ਹੈ, ਸਾਡੇ ਹੱਕ ਨੇ ਉਹਨਾਂ ਵਾਲੇ ਸੱਚ ਵੀ ਆਣਗੇ। ਅੱਜ ਅਸੀਂ ਟੀਵੀ ਤੇ ਦੇਖ ਕੇ ਆਇਆ ਕੋਈ ਸਟੈਂਡ ਨੀ ਜਿਹਦੇ ਚ ਧਰਨਾ ਨਹੀਂ ਹੋ ਰਿਹਾ, ਬਹੁਗਿਣਤੀ ਦੇ ਵਿੱਚ ਜਿਹੜੇ ਲੋਕੀ ਵੱਧ ਚੜ ਕੇ ਹਿੱਸਾ ਲੈ ਰਹੇ ਆ। ਮੇਰੀ ਵੀ ਜੇ ਕੁਛ ਸਾਡੇ ਕੁਲੀਗ ਜਿਹੜੇ ਨਹੀਂ ਇੱਥੇ ਪਹੁੰਚੇ ਜਾਂ ਉਹਨਾਂ ਦੇ ਪਰਿਵਾਰ ਨਹੀਂ ਪਹੁੰਚੇ, ਉਹਨਾਂ ਲਈ ਅਪੀਲ ਆ ਹੱਥ ਜੋੜ ਕੇ ਕਿ ਉਹਨਾਂ ਨੂੰ ਫੋਨ ਰਾਹੀਂ ਜਿਸ ਤਰ੍ਹਾਂ ਵੀ ਤੁਸੀਂ ਬੁਲਾ ਸਕਦੇ ਹੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬੁਲਾਓ। ਨੰਬਰ 2 ਤੇ ਬਹੁਤ ਵੱਡੀ ਜਿਹੜੀ ਧਾੜੀਆ ਸਰਕਾਰ ਸਰਕਾਰ ਆ ਉਹਨਾਂ ਨੇ ਬੜਾ ਵਧੀਆ ਇੱਕ ਤਰੀਕਾ ਬਣਾਇਆ ਸਾਡੀ ਰੈਲੀ ਨੂੰ ਸਫਲ ਕਰਨ ਦੇ ਲਈ, ਨੈਟ ਵਰਕਿੰਗ ਬੰਦ, ਐਸ ਐਮ ਐਸ ਸੇਵਾਵਾਂ ਬੰਦ। ਅਸੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦੀ ਪਾਰਟੀ ਦੀ ਜਾਂ ਕੋਈ ਸੰਗਠਨ ਦੀ ਰੈਲੀ ਹੋਏਗੀ, ਸਾਡਾ ਇਹ ਫਰਜ਼ ਬਣਦਾ ਕਿ ਇਹਨਾਂ ਨੂੰ ਫੇਸਬੁੱਕ ਤੇ ਜਿਹੜੇ ਆ ਉਹ ਅਸੀਂ ਮੈਸੇਜ ਕਰੀਏ, ਪੀ ਐਮ ਨੂੰ ਵੀ ਕਰੀਏ, ਜਿਹੜਾ ਵੀ ਇਹਨਾਂ ਦਾ ਮਨਿਸਟਰ ਆ ਕੰਸਰਨ ਟੈਲੀਕਮਿਊਨੀਕੇਸ਼ਨ, ਕਿ ਜੇਕਰ ਐਸ ਸੀ ਐਸ ਟੀ ਦੀ ਅੰਦੋਲਨ ਦੇ ਦਿਨ ਤੁਹਾਡੀਆਂ ਨੈਟਵਰਕ ਸੇਵਾਵਾਂ ਜਾਂ ਐਸ ਐਮ ਐਸ ਸੇਵਾਵਾਂ ਬੰਦ ਹੋ ਸਕਦੀਆਂ, ਜਦੋਂ ਜਨਰਲ ਕੈਟਾਗਰੀ ਜਾਂ ਆਰ ਐਸ ਐਸ ਦੀ ਕੋਈ ਮੀਟਿੰਗ ਹੁੰਦੀ ਹੈ ਉਸ ਦਿਨ ਵੀ ਇਹ ਸੇਵਾਵਾਂ ਬੰਦ ਹੋਣੀਆਂ ਚਾਹੀਦੀਆਂ, ਅਸੀਂ ਤਾਂ ਤੁਹਾਨੂੰ ਬੰਦੇ ਨੂੰ ਪੁੱਤਰ ਮੰਨਾਂ ਵੀ ਲੈ ਕੇ ਆਵਾਂਗੇ। ਅੰਗਰੇਜ਼ਾਂ ਦੇ ਰਾਜ ਤੋਂ ਵੀ ਭੈੜਾ ਰਾਜ ਹੈ, ਇਹਨਾਂ ਨੂੰ ਅਸੀਂ ਕਾਲੇ ਅੰਗਰੇਜ਼ਾਂ ਦਾ ਨਾਮ ਦੇ ਸਕਦੇ ਹਾਂ ਕਿ ਗੋਰੇ ਅੰਗਰੇਜ਼ ਜਿਹੜੇ ਉਹ ਚਲੇ ਗਏ ਤੇ ਕਾਲੇ ਇੱਥੇ ਆ ਗਏ, ਤੇ ਉਹਨਾਂ ਨਾਲੋਂ ਵੀ ਬਦਤਮੀਜ਼ੀਆਂ ਜਿਹੜੀਆਂ ਸਾਡੇ ਸਮਾਜ ਨਾਲ ਕਰ ਰਹੇ ਹੈ ਜਿਹੜੀਆਂ ਕਿ ਸਹਿਣਯੋਗ ਨਹੀਂ ਹੈ। ਜੇਕਰ ਕੱਲ ਦੀ ਸੱਜਣ ਨੇ ਦਿੱਤੀ ਕਿ ਇਹਨਾਂ ਨੇ ਪਹਿਲਾਂ ਪੈਰ ਚੁੰਨੀ ਧੋਰੀ ਫਿਰ ਤਮੀਜ਼ ਦਿੱਤੀ ਤੇ ਹੁਣ ਸਾਡੇ ਪੱਗ ਨੂੰ ਹੱਥ ਪਾਇਆ, ਤੇ ਜੇ ਪੱਗ ਦੇ ਹੱਥ ਪੈ ਗਿਆ ਤੇ ਫਿਰ ਵੀ ਅਸੀਂ ਨਹੀਂ ਬੋਲਾਂਗੇ ਤੇ ਫਿਰ ਪੱਗ ਰੁਲਣੀ ਹੈ ਤੇ ਪੱਗ ਰੁਲਣੀ ਜਿਹੜੀ ਅਸੀਂ ਪੱਗ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨਣਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਜਿਹੜਾ ਸਾਡੇ ਪੀ ਐਮ ਸਾਹਿਬ ਨੇ ਜਿਹੜੇ ਕਿ ਆਮ ਤੌਰ ਤੇ ਦੇਖਣ ਦਾ ਹੈ ਕਿ ਉਹ ਵਿਦੇਸ਼ਾਂ ਦੀ ਰਹਿ ਗਏ ਆ, ਉਹਨੂੰ ਪਤਾ ਨੀ ਸਾਡੇ ਦੇਸ਼ ਕੀ ਅਲਰਜੀ ਆ, ਉਹ ਇੱਥੇ ਨਹੀਂ ਰਹਿੰਦਾ, ਕਦੀ ਕੈਨੇਡਾ ਚੱਲ ਰਿਹਾ, ਕਦੀ ਅਮੈਰੀਕਾ ਚੱਲ ਰਿਹਾ, ਕਹਿੰਦਾ ਕਿ ਮੈਂ ਹੋਰ ਮਲਟੀਨੈਸ਼ਨਲ ਕੰਪਨੀਆਂ ਲਿਆ ਰਿਹਾ। ਅੱਜ ਜੇ ਕੋਈ ਉਹਨਾਂ ਦਾ ਸਾਥੀ ਇੱਥੇ ਸੁਣਦਾ ਗੱਲ ਕਰੇ ਤੂੰ ਕਿੰਨੀਆਂ ਕੁ ਮਲਟੀਨੈਸ਼ਨਲ ਕੰਪਨੀਆਂ ਅੱਜ ਤੱਕ ਜਿਹੜੀਆਂ ਮੋਦੀ ਸਾਹਿਬ ਨੇ ਲਿਆਂਦੀਆਂ ਉਹ ਆ ਕੇ ਤੇ ਉਹ ਤੇ ਗੱਲ ਕਰੂ ਖੁੱਲਾ ਫਤਾ ਦਿੰਦੇ ਅਸੀਂ ਉਹਨਾਂ ਨੂੰ ਝੂਠ ਮਾਰ ਮਾਰ ਕੇ ਵੋਟਾਂ ਲੈ ਕੇ ਤੇ ਅੱਜ ਸਾਡੇ ਸਮਾਜ ਦੀਆਂ ਵੋਟਾਂ ਦੇ ਖਾਤਰ ਬਣੇ ਆ ਤੇ ਸਾਨੂੰ ਇਹਦੇ ਕਾਨੂੰਨ ਦੇ ਵਿੱਚ ਆ ਗਏ ਤੇ ਇਹ ਦੋ ਕੰਮ ਜਿਹੜੇ ਇਕੱਠੇ ਨਹੀਂ ਹੋਣੇ ਜਾਂ ਇਹ ਰਹਿਣਗੇ ਜਾਂ ਨਹੀਂ ਰਹਾਂਗੇ ਬਾਕੀ ਇੱਕ ਨਾਲ ਆਉਣਾ ਵਾ ਤੁਹਾਨੂੰ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਮੋਦੀ ਸਰਕਾਰ ਨੂੰ, ਬਾਕੀ ਤੁਹਾਨੂੰ ਸਾਰੇ ਜਣੀ ਜਾਣ ਸਕਦੇ ਹੋ ਮੁਰਦਾਬਾਦ। ਜੈ ਭੀਮ ਜੈ ਭਾਰਤ।